ਹੈਲੋ ਸਟੂਡੈਂਟਸ ਮੈਂ ਸ਼ਾਇਨਾ ਪਰਮਾਰ ਅੱਜ ਤੁਹਾਡੇ ਲਈ ਇੱਕ ਸਪੈਸ਼ਲ ਇਨਫੋਰਮੇਸ਼ਨ ਲੈ ਕੇ ਆਈਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਨਲਾਈਨ ਐਗਜ਼ਾਮਸ ਲਈ ਨਿਊ ਇਨਸਟਰਕਸ਼ਨਸ ਆਈਆਂ ਹਨ 19 9 2020 ਨੂੰ ਐਗਜ਼ਾਮਸ ਕਿਹੜੇ ਆ ਜਿਹੜੇ ਮਈ ਛੋਨੇ ਸੀ ਲੇਕਿਨ ਹੁਣ ਕਦੋਂ ਹੋ ਰਿਹਾ ਸਪਟੰਬਰ ਦੇ ਵਿੱਚ ਹੋ ਰਿਹਾ ਠੀਕ ਹੈ ਇਹਦੇ ਵਿੱਚ ਜਿੰਨੀਆਂ ਵੀ ਇਨਸਟਰਕਸ਼ਨਸ ਤੁਹਾਨੂੰ ਯੂਨੀਵਰਸਿਟੀ ਨੇ ਦਿੱਤੀਆਂ ਐ ਬੜੀਆਂ ਈਜ਼ੀ ਵੇ ਦੇ ਵਿੱਚ ਉਹ ਮੈਂ ਇੱਕ ਵਾਰ ਫਿਰ ਐਕਸਪਲੇਨ ਕਰਦਾ ਪਹਿਲੀ ਇਨਸਟਰਕਸ਼ਨਸ ਦੇ ਵਿੱਚ ਹੈ ਕਿ ਐਗਜ਼ਾਮ ਕਿਹਨਾਂ ਦੇ ਆ ਆਊਟ ਗoing ਕਲਾਸਿਸ ਦੇ ਆ ਜਿਵੇਂ ਕਿ ਕੁਝ ਕਲਾਸਿਸ ਦੇ ਸੈਮੈਸਟਰ 6 ਹੁੰਦੇ ਆ ਤਾਂ ਸਿਰਫ 6th ਸੈਮੈਸਟਰ ਦੀਆਂ ਕਲਾਸਿਸ ਦੇ ਐਗਜ਼ਾਮ ਆ। ਕਿੰਿਆਂ ਦੇ 8 ਸੈਮੈਸਟਰ ਹੁੰਦੇ ਆ ਤਾਂ 8ਵੇਂ ਸੈਮੈਸਟਰ ਦੇ ਐਗਜ਼ਾਮ ਆ। ਜਿਨ੍ਹਾਂ ਦੇ 4 ਹੁੰਦੇ ਉਹਨਾਂ ਦੇ 4ਵੇਂ ਸੈਮੈਸਟਰ ਦੇ ਕੋਈ ਡਿਪਲੋਮਾ ਉਹਨਾਂ ਦੇ 2 ਸੈਮੈਸਟਰ ਹੁੰਦੇ ਆ ਤਾਂ ਉਹਨਾਂ ਦੇ 2nd ਸੈਮੈਸਟਰ ਦੇ ਐਗਜ਼ਾਮਸ ਹੈਗੇ ਆ। ਪ੍ਰਾਈਵੇਟ ਤੇ ਰੀ ਅਪੀਅਰਸ ਵਾਲਿਆਂ ਦੇ ਵੀ ਐਗਜ਼ਾਮ ਨਾਲ ਹੀ ਆ ਰੈਗੂਲਰ ਵਾਲਿਆਂ ਦੇ ਨਾਲ। ਸੇਮ ਕੁਐਸਚਨ ਪੇਪਰ ਆਣਾ ਹੈ ਠੀਕ ਹੈ ਸੇਮ ਸਾਰੀਆਂ ਸਾਰਾ ਕੁਝ ਸੇਮ ਹੈ ਵਿੱਚ ਥੋੜੀਆਂ ਜਿਹੀਆਂ ਚੇਂਜੇਸ ਹੈ ਉਹ ਮੈਂ ਨਾਲ ਨਾਲ ਦੱਸਦੀ ਰਹੂੰਗੀ। ਪ੍ਰਾਈਵੇਟ ਤੇ ਰੀ ਅਪੀਅਰ ਵਾਲਿਆਂ ਦੇ ਕਿਹਨਾਂ ਦੇ ਐਗਜ਼ਾਮ ਹੈ ਸੇਮ ਆਹੀ ਕਲਾਸਿਸ ਦੇ ਜਿਨ੍ਹਾਂ ਦੀ ਰੀ ਅਪੀਅਰ ਆ 6ਵੇਂ ਸੈਮੈਸਟਰ 'ਚ 8ਵੇਂ 'ਚ 4ਥੇ 'ਚ ਜਾਂ ਦੂਸਰੇ 'ਚ ਕਿਸੇ ਵੀ ਤਰ੍ਹਾਂ ਦੀ ਯੂਜੀ ਜਾਂ ਪੀਜੀ ਆਈ ਡਿਪਲੋਮਾ ਦੇ ਵਿੱਚ ਇਹ ਉਹਨਾਂ ਦੇ ਐਗਜ਼ਾਮ ਹੈ ਐਡਮਿਟ ਕਾਰਡ ਬਾਰੇ ਇਨਫੋਰਮੇਸ਼ਨ ਜਲਦੀ ਥਾਡੀ ਵੈਬਸਾਈਟ ਤੇ ਆ ਜਾਏਗੀ ਯੂਨੀਵਰਸਿਟੀ ਦੀ ਤੁਸੀਂ ਕਿੱਥੋਂ ਲੋਡ ਕਰਨੇ ਆ ਕਿੱਦਾਂ ਲੋਡ ਕਰਨੇ ਆ ਫਿਲਹਾਲ ਇਨਸਟਰਕਸ਼ਨਸ ਆਈਆਂ ਹਨ ਠੀਕ ਹੈ ਜਿਹੜੇ ਤਾਂ ਰੈਗੂਲਰ ਸਟੂਡੈਂਟ ਆ ਉਹਨਾਂ ਨੂੰ ਤਾਂ ਕੁਐਸਚਨ ਪੇਪਰ ਵਾਲੇ ਜਿਹੜੇ ਹੈਗੇ ਆ ਉਹ ਕਾਲਜ ਵਾਲੇ ਹੀ ਭੇਜਣਗੇ ਐਡਮਿਟ ਕਾਰਡ ਵੀ ਕਾਲਜ ਵਾਲੇ ਹੀ ਲੋਡ ਕਰਕੇ ਦੇਣਗੇ ਕਾਲਜ ਵਾਲੇ ਉਹਨਾਂ ਦੇ ਵਟਸਐਪ ਗਰੁੱਪ ਬਣਾ ਦੇਣਗੇ ਜਾਂ ਈਮੇਲਸ ਦੇ ਨਾਲ ਉਹਨਾਂ ਨੂੰ ਉਹਨਾਂ ਦੇ ਕੁਐਸਚਨ ਪੇਪਰ ਸੈਂਡ ਕਰ ਦੇਣਗੇ ਪ੍ਰਾਈਵੇਟ ਸਟੂਡੈਂਟ ਜਾਂ ਰੀ ਅਪੀਅਰ ਵਾਲੇ ਜਿਹੜੇ ਬੱਚੇ ਐ ਉਹ ਬੱਚਿਆਂ ਦੇ ਐਡਮਿਟ ਕਾਰਡ ਦਾ ਲਿੰਕ ਐਡਮਿਟ ਕਾਰਡ ਜਿਹੜਾ ਆਊਗਾ ਉੱਤੇ ਇੱਕ ਲਿੰਕ ਦਿੱਤਾ ਹੋਊਗਾ ਠੀਕ ਹੈ ਉਹ ਵਾਲੇ ਲਿੰਕ ਤੇ ਤੁਸੀਂ ਕਲਿੱਕ ਕਰਨਾ ਤੇ ਉਥੋਂ ਦੀ ਤੁਸੀਂ ਆਪਣਾ ਕੁਐਸਚਨ ਪੇਪਰ ਲੋਡ ਕਰ ਸਕਦੇ ਆ ਉਸ ਤੋਂ ਬਾਅਦ ਆਉਂਦੀ ਹੈ ਟਾਈਮਿੰਗਸ ਅੰਡਰਗ੍ਰੈਜੂਏਟ ਜਿਹੜੀਆਂ ਕਲਾਸਿਸ ਆ ਉਹਨਾਂ ਦੀ ਟਾਈਮਿੰਗ ਹੈਗੀ ਆ 10 ਵਜੇ ਤੋਂ ਲੈ ਕੇ 2 ਵਜੇ ਤੱਕ ਸਵੇਰੇ 10 ਤੋਂ ਦੁਪਹਿਰੇ 2 ਵਜੇ ਤੱਕ 4 ਘੰਟੇ ਟੋਟਲ ਮਿਲੇ ਆ 2 ਘੰਟੇ ਤੁਹਾਨੂੰ ਪੇਪਰ ਕਰਨ ਦੇ ਲਈ ਆ ਤੇ 2 ਘੰਟੇ ਪੇਪਰ ਲੋਡ ਕਰਨ ਦੇ ਲਈ ਤੇ ਪੇਪਰ ਨੂੰ ਸੈਂਡ ਕਰਨ ਦੇ ਲਈ ਹੈ ਜਿਹੜੀਆਂ ਤੁਹਾਡੀਆਂ ਆਨਸਰ ਸ਼ੀਟਸ ਐ ਜਿਹੜੀਆਂ ਪੀਜੀ ਕਲਾਸਿਸ ਜਾਂ ਆਦਰ ਉਹਨਾਂ ਨੇ ਪੀਜੀ ਮੈਂਸ਼ਨ ਨਹੀਂ ਕੀਤਾ ਲੇਕਿਨ ਇਟ ਮੀਨਸ ਜਿਹੜੀਆਂ ਆਲ ਅਦਰ ਕਲਾਸਿਸ ਆ ਉਹਨਾਂ ਦੇ ਐਗਜ਼ਾਮ 9 ਤੋਂ ਲੈ ਕੇ 1 ਵਜੇ ਤੱਕ ਐ ਇਹਨਾਂ ਨੂੰ ਵੀ ਸੇਮ 4 ਘੰਟੇ ਹੀ ਮਿਲਦੇ ਆ ਪੇਪਰ ਕਰਨ ਲਈ ਲੇਕਿਨ ਨਾ ਲਿਖ ਜਗ੍ਹਾ ਤੇ ਮੈਂਸ਼ਨ ਕੀਤਾ ਗਿਆ ਹੈ ਕਿ ਕੁਝ ਐਦਾਂ ਦੇ ਪੇਪਰ ਆ ਜਿਨ੍ਹਾਂ ਦਾ ਟਾਈਮ ਪਹਿਲਾਂ ਤੋਂ ਹੀ ਘੱਟ ਹੈ ਹੋ ਸਕਦਾ 1 ਘੰਟਾ ਹੈ ਜਾਂ 30 ਮਿੰਟਸ ਹੈ ਤਾਂ ਉਹਨਾਂ ਦਾ ਓਨਾ ਹੀ ਟਾਈਮ ਰਹੇਗਾ ਉਹਨਾਂ ਨੂੰ 2 ਘੰਟੇ ਨਹੀਂ ਮਿਲੂਗੇ ਸਪੈਸ਼ਲ ਕੇਸਿਸ ਹੁੰਦੇ ਆ ਬਲਾਈਂਡ ਜਾਂ ਹੈਂਡੀਕੈਪਡ ਉਹਨਾਂ ਨੂੰ 40 ਮਿੰਟ ਜਿਹੜੇ ਐਕਸਟਰਾ ਮਿਲਣਗੇ ਇਹ ਟਾਈਮਿੰਗਸ ਆ ਤੁਹਾਡੀਆਂ ਉਸ ਤੋਂ ਬਾਅਦ ਆ ਗਈਆਂ ਤੁਹਾਡੀ ਸ਼ੀਟ ਕਿਦਾਂ ਦੀ ਹੋਣੀ ਹੈ A4 ਸਾਈਜ਼ ਦੀ ਤੁਹਾਡੀ ਸ਼ੀਟ ਹੋਣੀ ਹੈ ਵੱਦ ਤੋਂ ਵੱਧ ਤੁਸੀਂ 16 ਸ਼ੀਟਾਂ ਯੂਜ਼ ਕਰ ਸਕਦੇ ਆ ਮੈਕਸਿਮਮ ਹਰ ਇੱਕ ਕਲਾਸ ਇਹਦੇ ਵਿੱਚ ਕੋਈ ਯੂਜੀ ਪੀਜੀ ਨਹੀਂ ਮੈਂਸ਼ਨਡ ਲੇਕਿਨ ਇਹ ਤੁਹਾਡੀ ਚੁਆਇਸ ਆ ਕਿ ਜੇ ਤੁਸੀਂ ਘੱਟ ਸ਼ੀਟਾਂ ਯੂਜ਼ ਕਰਨੀਆਂ ਤਾਂ ਘੱਟ ਕਰ ਲਓ ਲੇਕਿਨ ਜਿੱਥੇ ਤੁਸੀਂ ਐਂਡ ਕਰ ਦਿੱਤਾ ਉੱਥੇ ਤੁਸੀਂ ਇੱਕ ਤਾਂ ਆਪਣਾ ਸਿਗਨੇਚਰ ਕਰਕੇ ਦੱਸਣਾ ਹੈ ਕਿ ਇਹ ਮੇਰੀ ਹੈਂਡਰਾਈਟਿੰਗ ਹੈ ਇੱਕ ਤੁਸੀਂ ਸਟਾਰਟਿੰਗ ਦੇ ਵਿੱਚ ਮੈਂਸ਼ਨ ਕਰਨਾ ਹੈ ਕਿ ਤੁਸੀਂ ਕਿੰਨੇ ਪੇਜ ਯੂਜ਼ ਕੀਤੇ ਆ 5 ਕਿਤੇ 6 ਕਿਤੇ 7 ਕਿਤੇ ਇਸ ਤਰੀਕੇ ਨਾਲ ਉਸ ਤੋਂ ਬਾਅਦ ਹੈ ਇਕੋ ਸਾਈਡ ਹੀ ਸ਼ੀਟ ਦੀ ਯੂਜ਼ ਕਰਨੀ ਹੈ ਔਰ ਬਲੂ ਬਾਲ ਪੁਆਇੰਟ ਪੈਨ ਹੀ ਯੂਜ਼ ਕਰਨਾ ਹੈ ਬਲੂ ਪੈਨ ਦੀ ਇੱਕ ਜਿਹੜੀ ਇਹ ਕਿਉਂ ਯੂਜ਼ ਕਰਨਾ ਹੈ ਤਾਂ ਕਿ ਬਾਈ ਚਾਂਸ ਤੁਹਾਡੀ ਕੋਈ ਇਨਕ ਦੀ ਪ੍ਰੋਬਲਮ ਨਾ ਹੋਵੇ ਲੀਕ ਹੋਣ ਦੀ ਜਾਂ ਤੁਸੀਂ ਪੋਸਟ ਕਰਦੇ ਹੋ ਤਾਂ ਇਨਕ ਫੈਲਣ ਦੀ ਕੋਈ ਪ੍ਰੋਬਲਮ ਨਾ ਹੋਵੇ ਐਦਾਂ ਦੀ ਕੋਈ ਪ੍ਰੋਬਲਮ ਨਾ ਹੋਵੇ ਬਾਲ ਪੈਨ ਇਸ ਕਰਕੇ ਯੂਜ਼ ਕੀਤੇ ਜਾਂਦੇ ਔਰ ਬਲੂ ਕਲਰ ਜਿਹੜਾ ਹੈ ਪ੍ਰੋਮਿਨੈਂਟ ਹੁੰਦਾ ਹੈ ਤੇ ਉਹ ਦਿਖਦਾ ਰਹਿੰਦਾ ਹੈ ਔਰ ਬਾਕੀ ਕਲਰਸ ਦੇ ਵਿੱਚ ਪੇਪਰ ਨੂੰ ਪੜ੍ਹਨਾ ਮੁਸ਼ਕਿਲ ਹੋ ਜਾਂਦਾ ਹੈ ਆਨਲਾਈਨ ਐਗਜ਼ਾਮਸ ਦੇ ਵਿੱਚ ਤੇ ਅਖੀਰਲੇ ਪੇਜ ਦੇ ਵਿੱਚ ਤੁਸੀਂ ਆਪਣੇ ਜਿਹੜੇ ਸਾਈਨ ਕਰਕੇ ਮੈਂਸ਼ਨ ਕਰ ਦੇਣਾ ਕਿ ਇਹ ਮੇਰੀ ਹੀ ਹੈਂਡਰਾਈਟਿੰਗ ਹੈ ਫਿਰ ਉਸ ਤੋਂ ਬਾਅਦ ਪੰਜਵਾਂ ਪੁਆਇੰਟ ਆ ਤੁਹਾਡਾ 50% ਆਫ ਦਾ ਟੋਟਲ ਕੁਐਸਚਨ ਪੇਪਰ ਉਹਨਾਂ ਨੇ ਕਰ ਦਿੱਤਾ ਹੈ ਪਹਿਲਾਂ ਜਿਹੜੀਆਂ ਇਨਸਟਰਕਸ਼ਨਸ ਆਈਆਂ ਸੀ ਉਹਨਾਂ ਨੇ ਟੋਟਲ ਮਾਰਕਸ ਲਿਖਿਆ ਸੀਗਾ ਹੁਣ ਕੁਐਸਚਨ ਪੇਪਰ ਕਰ ਦਿੱਤਾ ਕਿ ਜੇ 9 ਕੁਐਸਚਨ ਆਉਂਦੇ ਆ ਤੇ ਤੁਸੀਂ ਉਹਦਾ ਹਾਫ ਕਰਨਾ ਹੈ 50% ਹਾਫ ਬੰਦਾ ਪਿਆ 4.5 ਪਰ ਤੁਸੀਂ 4.5 ਨਹੀਂ ਕਰਨੇ ਤੁਸੀਂ ਕਿੰਨੇ ਕਰਨੇ ਆ 4 ਕਰਕੇ ਆਣੇ ਆ ਤੇ ਜੇ 7 ਕੁਐਸਚਨ ਆ ਤਾਂ ਤੁਹਾਨੂੰ ਆਂਦੇ ਆ ਤਾਂ ਤੁਸੀਂ ਕਰਨੇ ਆ ਹਾਫ ਬੰਦਾ 3.5 ਪਰ 3.5 ਨਹੀਂ ਕਰਨੇ ਕਿੰਨੇ ਕਰਨੇ ਆ 3 ਕਰਨੇ ਆ ਇਹ 0.5 ਨੂੰ ਤੁਸੀਂ ਇਗਨੋਰ ਕਰ ਦੇਣਾ ਠੀਕ ਹੈ ਤੁਸੀਂ ਉਹਦਾ ਹਾਫ ਦੇਖ ਲੈਣਾ ਤੇ ਜੇ ਅੱਧਾ ਆਂਦਾ ਪਿਆ ਹਾਫ ਫੇ ਤੁਸੀਂ ਉਹਨੂੰ ਇਗਨੋਰ ਕਰ ਦੇਣਾ ਉਨ ਫੋਰ ਐਗਜ਼ਾਮਪਲ ਜੇ 8 ਕੁਐਸਚਨ ਆਂਦੇ ਪਏ ਤਾਂ ਉਹਦਾ ਹਾਫ ਬੰਦਾ ਪਿਆ 4 ਠੀਕ ਹੈ 6 ਕੁਐਸਚਨ ਆਂਦੇ ਪਏ ਤਾਂ ਹਾਫ ਬੰਦਾ ਪਿਆ 3 ਲੇਕਿਨ ਜਿੱਥੇ ਕੁਐਸਚਨ ਜਿਹੜੇ ਆ 9 ਜਾਂ 7 ਜਾਂ 5 ਆਂਦੇ ਪਏ ਤੁਸੀਂ ਉਸ ਹਾਫ ਨੂੰ ਇਗਨੋਰ ਕਰ ਦੇਣਾ ਉਸ ਤੋਂ ਬਾਅਦ ਜਿਹੜੀ ਚੈਕਿੰਗ ਹੋਊਗੀ ਜੇ ਤੁਸੀਂ ਚਾਰ ਕੁਐਸਚਨ ਕੀਤੇ ਹਨ ਨਾ ਤਾਂ ਜੇ ਟੋਟਲ ਨੰਬਰ ਤੁਹਾਡਾ 80 ਦਾ ਪੇਪਰ ਹੈ ਤਾਂ ਆਟੋਮੈਟਿਕਲੀ ਇਹ ਚਾਰ ਕੁਐਸਚਨ 40 ਨੰਬਰ ਚ ਕਨਵਰਟ ਹੋ ਜਾਣਗੇ ਤਾਂ ਇੱਕ ਕੁਐਸਚਨ ਤੁਹਾਡਾ 10 ਮਾਰਕਸ ਦਾ ਬਣ ਜਾਊਗਾ ਤੇ ਉਹ 10 ਮਾਰਕਸ ਤੇ ਆ ਚਾਰ ਕੁਐਸਚਨ ਦੇ ਨਾਲ ਤੁਹਾਡੇ 40 ਮਾਰਕਸ ਬਣ ਜਾਣਗੇ ਕੋਈ ਵੀ ਤੁਹਾਡੀ ਮਾਰਕਸ ਦੀ ਜਿਹੜੀ ਲਿਮਿਟੇਸ਼ਨ ਆ ਇਸ ਤਰੀਕੇ ਨਾਲ ਉਹ ਸੈਟਿੰਗ ਹੋਏਗੀ ਮਤਲਬ ਤੁਸੀਂ ਇਹ ਚਾਰ ਕੁਐਸਚਨ ਕਰਦੇ ਆ ਉਹ ਵੀ ਇਕੁਅਲ ਮਾਰਕਸ ਚ ਡਿਵਾਈਡ ਹੋਣੇ ਆ ਪੰਜ ਕਰਦੇ ਆ ਉਹ ਵੀ ਇਕੁਅਲ ਮਾਰਕਸ ਚ ਡਿਵਾਈਡ ਹੋਣੇ ਡਿਪੈਂਡ ਕਰਦਾ ਤੁਹਾਡੇ ਟੋਟਲ ਮਾਰਕਸ ਕਿੰਨੇ ਆ ਜੇ ਤੁਹਾਡੇ ਟੋਟਲ ਮਾਰਕਸ ਹੈਗੇ ਆ 20 ਠੀਕ ਹੈ ਔਰ ਤੁਸੀਂ ਚਾਰ ਕੁਐਸਚਨ ਅਟੈਂਪਟ ਕਰਦੇ ਪਏ ਉਹਦੇ ਤੁਹਾਡੇ ਚਾਰੋਂ ਕੁਐਸਚਨ ਆਟੋਮੈਟਿਕਲੀ 20 ਵਾਲੇ ਪੰਜ-ਪੰਜ ਨੰਬਰ ਦੇ ਹੋ ਜਾਣਗੇ ਠੀਕ ਹੈ ਚਾਰ ਕੁਐਸਚਨ ਕੀਤੇ ਆ ਪੰਜ ਨੰਬਰ ਦੇ ਤੇ ਤੁਹਾਡੇ 20 ਮਾਰਕਸ ਬਣ ਜਾਣਗੇ ਸੋ ਤੁਸੀਂ ਇਸ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਹਾਨੂੰ ਪੇਪਰ ਜਿਹੜਾ ਹੈ ਟੋਟਲ ਆ ਉਹਦਾ ਹਾਫ ਕਿੰਨਾ ਬੰਦਾ ਪਿਆ ਔਰ ਤੁਹਾਡੇ ਕੁਐਸਚਨ ਉਸੇ ਹਿਸਾਬ ਨਾਲ ਕਨਵਰਟ ਹੋ ਜਾਣਗੇ ਜਿੱਥੇ ਤੱਕ ਇਨਸਟਰਕਸ਼ਨਸ ਆ ਉਸੇ ਹਿਸਾਬ ਨਾਲ ਇਹਦੀ ਇਨਫੋਰਮੇਸ਼ਨ ਇਹੀ ਮਿਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਜੇ ਕੋਈ ਹੋਰ ਇਨਸਟਰਕਸ਼ਨ ਚੇਂजेस ਹੁੰਦੀਆਂ ਉਹ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜਰੂਰ ਅਪਲੋਡ ਕਰ ਦਿੱਤੀਆਂ ਜਾਣਗੀਆਂ ਕਿਉਂਕਿ ਹੁਣੇ-ਹੁਣੇ ਪੰਜਾਬ ਯੂਨੀਵਰਸਿਟੀ ਦੇ ਐਗਜ਼ਾਮਸ ਹੋ ਕੇ ਹਟਿਆ ਹਨ ਤੇ ਸੇਮ ਇਨਸਟਰਕਸ਼ਨਸ ਹੀ ਉਹਦੇ ਵਿੱਚ ਫਾਲੋ ਕੀਤੀਆਂ ਗਈਆਂ ਤੇ ਕੋਈ ਖਾਸ ਚੇਂजेस ਨਹੀਂ ਲੱਗ ਰਹੀਆਂ ਇਸ ਕਰਕੇ ਇਹਨੂੰ ਸਮਝਣਾ ਥੋੜਾ ਸੌਖਾ ਹੋ ਗਿਆ ਜਦਕਿ ਉਹ ਉਹਨਾਂ ਦੇ ਐਗਜ਼ਾਮੀਨੇਸ਼ਨ ਦੇ ਵਿੱਚ ਸ਼ਾਇਦ ਪਹਿਲੇ ਪੇਪਰ 'ਚ ਬੱਚਿਆਂ ਨੂੰ ਕੁਝ ਪ੍ਰੋਬਲਮ ਆਈ ਬੱਚ ਬੱਚੇ ਕੀ ਕਈ ਟੀਚਰਸ ਵੀ ਸਾਡੇ ਵਰਗੇ ਨਹੀਂ ਸਮਝ ਪਾਏ ਉਸ ਤੋਂ ਬਾਅਦ ਨੈਕਸਟ ਹੈ ਪੀਡੀਐਫ ਕਿੱਦਾਂ ਬਣਾਉਣੀ ਹੈ ਤੇ ਮੇਲ ਕਿੱਦਾਂ ਕਰਨੀ ਹੈ ਹਾਰਡ ਕਾਪੀ ਭੇਜਣੀ ਹੈ ਕਿ ਸਪੀਡ ਪੋਸਟ ਦੇਖੋ ਸਭ ਤੋਂ ਪਹਿਲਾਂ ਪੀਡੀਐਫ ਬਣਾਉਣੀ ਹੈ ਔਰ ਸਾਰੇ ਸਟੂਡੈਂਟ ਨੇ ਮੇਲ ਹੀ ਕਰਨੀ ਹੈ ਪਰ ਕੁਝ ਬੱਚਿਆਂ ਦੀ ਮੇਲ ਨਹੀਂ ਹੋ ਪਾਂਦੀ ਤਾਂ ਉਹਨਾਂ ਨੇ ਕੀ ਕਰਨਾ ਆਪਣੇ ਕੰਸਰਨਡ ਕੋਲੇ ਜਾ ਕੇ ਹਾਰਡ ਕਾਪੀ ਦੇ ਦੇਣੀ ਹੈ ਜੇ ਉਹ ਰੈਗੂਲਰ ਸਟੂਡੈਂਟ ਹੈ ਤਾਂ ਉਹ ਆਪਣੇ ਕਾਲਜਿਸ ਤੋਂ ਜਾਣ ਕੇ ਪ੍ਰਾਈਵੇਟ ਸਟੂਡੈਂਟਾ ਯੂਨੀਵਰਸਿਟੀ ਜਾ ਸਕਦੇ ਆ ਤੇ ਉਹਨਾਂ ਨੇ ਉੱਥੋਂ ਇੱਕ ਰਸੀਦ ਲੈ ਲੈਣੀ ਹੈ ਕਿ ਅਸੀਂ ਹਾਰਡ ਕਾਪੀ ਜਮ੍ਹਾਂ ਕਰਾਤੀ ਹੈ। ਲੇਕਿਨ ਜੇ ਉਹ ਉਸ ਜਗ੍ਹਾ ਤੋਂ ਦੂਰ ਹੈ ਆਪਣੇ ਕਾਲਜ ਤੋਂ ਜਾਂ ਯੂਨੀਵਰਸਿਟੀ ਤੋਂ ਉਹ ਕੀ ਕਰ ਦੇਣਗੇ ਸਪੀਡ ਪੋਸਟ ਕਰ ਦੇਣਗੇ। ਜੇ ਬਾਈ ਚਾਂਸ ਰਿਮੋਟ ਏਰੀਆ ਕਰਕੇ ਉਹਨਾਂ ਤੋਂ ਆਪਣੀ ਇੱਕ ਪੀਡੀਐਫ ਜਿਹੜੀ ਆ ਜਾਂ ਸ਼ੀਟਸ ਆ ਉਹ ਸੈਂਡ ਨਹੀਂ ਕਰ ਹੋਈਆਂ। ਰੀਅਪੀਅਰ ਵਾਲੇ ਕਿੱਥੇ ਭੇਜਣਗੇ ਉਹ ਆਪਣੇ ਰਿਲੇਟਿਡ ਕਾਲਜ ਨੂੰ ਹੀ ਭੇਜਣਗੇ ਆਪਣੇ ਪੇਪਰ। ਪ੍ਰਾਈਵੇਟ ਵਾਲੇ ਯੂਨੀਵਰਸਿਟੀ ਨੂੰ ਭੇਜਣਗੇ। ਠੀਕ ਹੈ? ਤੇ ਪ੍ਰਾਈਵੇਟ ਵਾਲੇ ਯੂਨੀਵਰਸਿਟੀ ਦੇ ਐਡਮਿਟ ਕਾਰਡ ਜਿਹੜੇ ਹੋਣਗੇ ਉਹਦੇ ਵਿੱਚ ਉਹਨਾਂ ਨੂੰ ਈਮੇਲ ਮੈਂਸ਼ਨ ਕਰ ਦਿੱਤੀ ਜਾਊਗੀ ਜਲਦ ਹੀ ਜਿੱਥੇ ਉਹਨਾਂ ਨੇ ਆਪਣੀਆਂ ਮੇਲਸ ਭੇਜਣੀਆਂ ਬਾਈ ਜੈਂਸ ਪ੍ਰਾਈਵੇਟ ਵਾਲੇ ਬੱਚੇ ਤੋਂ ਆਪਣੀ ਮੇਲ ਨਹੀਂ ਸੈਂਡ ਕਰ ਹੁੰਦੀ ਪਈ ਤਾਂ ਉਹ ਸਪੀਡ ਪੋਸਟ ਕਰ ਦੇਗਾ ਇਹ ਐਡਰੈਸ ਦਿੱਤਾ ਹੈ ਡਿਪਟੀ ਰਜਿਸਟਰਾਰ ਸਿਕਰੇਸੀ ਬ੍ਰਾਂਚ ਐਗਜ਼ਾਮੀਨੇਸ਼ਨ ਬ੍ਰਾਂਚ ਪੰਜਾਬੀ ਯੂਨੀਵਰਸਿਟੀ ਪਟਿਆਲਾ 147002 ਕੋਈ ਰੀਵੈਲਿਊਏਸ਼ਨ ਨਹੀਂ ਹੈ ਠੀਕ ਹੈ ਇਹ ਸਾਰੀ ਇਨਫੋਰਮੇਸ਼ਨ ਤੁਸੀਂ ਵੈਬਸਾਈਟ ਤੋਂ ਚੈੱਕ ਕਰ ਸਕਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਵੈਬਸਾਈਟ ਤੋਂ ਕਿ ਤੁਹਾਡੀ ਕਿਸੇ ਵੀ ਕੁਐਸਚਨ ਪੇਪਰ ਦੀ ਰੀਵੈਲੂਏਸ਼ਨ ਨਹੀਂ ਹੋਣੀ ਕਿਉਂਕਿ ਹੋਮ ਅਸਾਈਨਮੈਂਟ ਐਗਜ਼ਾਮ ਹੈ ਘਰ ਬੈ ਕੇ ਦੇ ਰਹੇ ਹੋ ਤੇ ਇਸ ਕਰਕੇ ਰੀਵੈਲੂਏਸ਼ਨ ਦੇ ਕੋਈ ਚਾਂਸਸ ਨਹੀਂ ਹੈ ਠੀਕ ਹੈ ਔਰ ਵੈਰੀ ਇੰਪੋਰਟੈਂਟ ਲਾਸਟ ਦੇ ਵਿੱਚ ਦਸਵਾਂ ਪੁਆਇੰਟ ਹੈ ਕਿ ਤੁਸੀਂ ਜੇ ਕਰੋਨਾ ਵਾਇਰਸ ਦੇ ਨਾਲ ਪੇੜੇ ਤੋਂ ਜਾਂ ਤੁਸੀਂ ਕਨਟੇਨਮੈਂਟ ਜ਼ੋਨ ਦੇ ਵਿੱਚੋਂ ਔਰ ਪੇਪਰ ਨਹੀਂ ਦੇ ਸਕਦੇ ਤੁਸੀਂ ਆਪਣੇ ਕਾਲਜ ਨੂੰ ਜਾਂ ਯੂਨੀਵਰਸਿਟੀ ਨੂੰ ਇਨਫੋਰਮ ਕਰੋ ਜੇ ਪ੍ਰਾਈਵੇਟ ਸਟੂਡੈਂਟ ਹਨ ਯੂਨੀਵਰਸਿਟੀ ਨੂੰ ਕਾਲਜ ਵਾਲੇ रेगुलर स्टूडेंट अपने कॉलेज ਨੂੰ ਤੇ ਉਹਨਾਂ ਨੂੰ ਫਿਰ ਨੈਕਸਟ ਚਾਂਸ ਦਿੱਤਾ ਜਾਊਗਾ ਠੀਕ ਹੈ ਇਸ ਤੋਂ ਇਲਾਵਾ ਮੈਂ ਤੁਹਾਨੂੰ ਸ਼ੀਟ ਦਿਖਾ ਦਿੰਦੀ ਆ ਫਿਰ ਇਸ ਤੋਂ ਬਾਅਦ ਨਾਲ ਹੀ ਤੁਹਾਨੂੰ ਪੀਡੀਐਫ ਬਣਾਨੀ ਵੀ ਦੱਸ ਦੂੰਗੀ ਇਹ ਤੁਹਾਡੀ ਇੱਕ A4 ਸਾਈਜ਼ ਸ਼ੀਟ ਹੈ A4 ਸਾਈਜ਼ ਸ਼ੀਟ ਦੇ ਵਿੱਚ ਉੱਪਰ ਤੁਹਾਨੂੰ ਉਹਨਾਂ ਨੇ ਕਿਹਾ ਪਹਿਲੇ ਕਲਾਸ ਲਿਖਣੀ ਹੈ ਫਿਰ ਰੋਲ ਨੰਬਰ ਲਿਖਣਾ ਹੈ ਸ਼ਬਦਾਂ ਦੇ ਵਿੱਚ ਫਿਰ ਅੱਖਰਾਂ ਦੇ ਵਿੱਚ ਫਿਰ ਵਿਸ਼ਾ ਆ ਜਾਣਾ ਹੈ ਫਿਰ ਪੇਪਰ ਦੀ ਆਪਸ਼ਨ ਆ ਜਾਣੀ ਹੈ ਆਪਸ਼ਨ ਤੁਹਾਨੂੰ ਪਤਾ ਹੀ ਹੈ ਮੀਡੀਅਮ ਫਿਰ ਤੁਸੀਂ ਇੱਥੇ ਤਾਰੀਖ ਲਿਖ ਦੇਣੀ ਹੈ ਡੇਟ ਕਿੰਨੇ ਟੋਟਲ ਪੇਜ ਤੁਸੀਂ ਯੂਜ਼ ਕੀਤੇ ਐ ਔਰ ਐਂਡ ਦੇ ਵਿੱਚ ਤੁਹਾਡੇ ਸਿਗਨੇਚਰ ਇਹ ਵੈਰੀ ਇੰਪੋਰਟੈਂਟ ਹੈ ਇਹ ਸਿਗਨੇਚਰ ਔਰ ਪੇजेस A4 ਸਾਈਜ਼ ਸ਼ੀਟ ਲਈ ਜਿਹੜੀ ਤੁਸੀਂ ਉਹਦੇ ਵਿੱਚ ਤੁਸੀਂ ਆਪਣਾ ਕੁਐਸਚਨ ਨੰਬਰ ਸ਼ੁਰੂ ਕਰ ਦੇਣਾ ਆਨਸਰ ਸ਼ੁਰੂ ਕਰ ਦੇਣਾ ਔਰ ਸ਼ੀਟ ਦੇ ਐਂਡ ਦੇ ਵਿੱਚ ਤੁਸੀਂ ਆਪਣਾ ਸ਼ੀਟ ਨੰਬਰ ਲਿਖ ਦੇਣਾ ਠੀਕ ਹੈ ਔਰ ਉੱਪਰ ਇਹ ਸਾਰਾ ਮੈਂਸ਼ਨ ਜਿਹੜਾ ਕਰਨਾ ਹੈ ਇਹਨੂੰ ਧਿਆਨ ਨਾਲ ਦੇਖ ਲਓ ਹੁਣ ਜਿਵੇਂ ਕਿ ਮੈਂ ਦੋ ਪੇਜੀ ਯੂਜ਼ ਕੀਤੇ ਆ ਵਨ ਸਿੰਗਲ ਸਾਈਡ ਤੇ ਹੀ ਲਿਖਣਾ ਹੈ ਬੈਕ ਸਾਈਡ ਤੇ ਨਹੀਂ ਲਿਖਣਾ ਕਿਉਂਕਿ A4 ਸਾਈਜ਼ ਸ਼ੀਟਸ ਜਿਹੜੀਆਂ ਆ ਉਹ ਕਾਫੀ ਸਲਿਮ ਦੀਆਂ ਪਤਲੀਆਂ ਜਿਹੀਆਂ ਹੁੰਦੀਆਂ ਤੇ ਉਹਨਾਂ ਦੇ ਪਿਛਲੇ ਪਾਸੇ ਲਿਖਿਆ ਦਿਖਣ ਲੱਗ ਜਾਂਦਾ ਹੈ ਵੈਸੇ ਸ਼ੀਟਸ ਦੇ ਲਈ ਪਰਟੀਕੂਲਰ ਕੋਈ ਹੋਰ ਇਨਫੋਰਮੇਸ਼ਨ ਨਹੀਂ ਹੈ ਕਿ ਲਾਈਨਸ ਵਾਲੀ ਯੂਜ਼ ਕਰਨੀ ਆ ਜਾਂ ਕਿਦਾਂ ਦੀ ਕਰਨੀਆਂ ਮਾਰਕੀਟ ਦੇ ਵਿੱਚ ਵੀ ਬਹੁਤ ਸ਼ੀਟਸ ਆਈਆਂ ਹੋਣਗੀਆਂ ਤੁਸੀਂ ਦੇਖ ਲਿਓ ਜੇ ਤੁਹਾਨੂੰ ਕੰਫਰਟੇਬਲ ਲੱਗਦੀਆਂ ਦੇਖ ਲਿਓ ਆਦਰਵਾਇਜ਼ ਤੁਸੀਂ ਇਹ ਸਿੰਪਲ ਸ਼ੀਟ ਯੂਜ਼ ਕਰ ਸਕਦੇ ਹੋ ਫਿਰ ਜਦੋਂ ਤੁਸੀਂ ਦੂਸਰੀ ਸ਼ੀਟ ਤੇ ਲਿਖਦੇ ਆ ਕੁਐਸਚ ਉਦੇ ਵਿੱਚ ਐਂਡ ਵਿੱਚ ਮੇਰਾ ਇੱਥੇ ਪੇਪਰ ਖਤਮ ਹੋ ਗਿਆ ਸਪੋਜ਼ ਕਰੋ ਮੈਂ ਦੋ ਹੀ ਪੇਜਾਂ ਤੇ ਪੇਪਰ ਕਰਨਾ ਸੀ ਐਂਡ ਵਿੱਚ ਤੁਸੀਂ ਮੈਂਸ਼ਨ ਕਰਨਾ ਹੈ ਕਿ ਇਹ ਮੇਰਾ ਖੁਦ ਦਾ ਹੱਥ ਲਿਖਤ ਪੇਪਰ ਹੈ ਕਿ ਥਿਸ ਇਜ਼ ਮਾਈ ਓਨ ਹੈਂਡ ਰਾਈਟਿੰਗ ਨਾਲ ਆਪਣੇ ਸਿਗਨੇਚਰ ਉੱਤੇ ਐਂਡ 'ਚ ਜਰੂਰ ਕਰਨੇ ਆ ਪੰਜਵੇਂ ਪੇਜ ਤੇ ਪੇਪਰ ਖਤਮ ਹੋਇਆ ਜਾਂ ਛੇਵੇਂ ਤੇ ਖਤਮ ਹੋਇਆ ਜਾਂ ਸੱਤਵੇਂ ਤੇ ਤੁਸੀਂ ਉੱਥੇ ਹੀ ਇਸ ਚੀਜ਼ ਨੂੰ ਖਤਮ ਕਰਨਾ ਹੈ ਕਿ ਇਹ ਮੇਰਾ ਖੁਦ ਦਾ ਲਿਖਿਆ ਹੋਇਆ ਪੇਪਰ ਹੈ ਇਹਦੇ ਨਾਲ ਤੁਸੀਂ ਇਸ ਚੀਜ਼ ਲਈ ਯੂਨੀਵਰਸਿਟੀ ਨੂੰ ਗਰੰਟੀ ਦਿੰਦੇ ਹੋ ਕਿ ਮੈਂ ਇਹਦੇ ਵਿੱਚ ਕਿਸੇ ਦੀ ਹੈਲਪ ਨਹੀਂ ਲਈ ਤੇ ਇਹ ਮੈਂ ਇੱਕ ਪੇਪਰ ਆਪ ਸਾਰਾ ਲਿਖਿਆ ਹੈ ਠੀਕ ਹੈ ਇਹ ਇਨਸਟਰਕਸ਼ਨਸ ਨੂੰ ਬਹੁਤ ਧਿਆਨ ਦੇ ਨਾਲ ਦੇਖ ਲਓ ਇਹਦੇ ਵਿੱਚ ਅਜੇ ਵੀ ਕੋਈ ਇਨਫੋਰਮੇਸ਼ਨ ਚੇਂजेस ਆndੀਆਂ ਹੈ ਜਾਂ ਕੋਈ ਸਾਨੂੰ ਲੱਗਦਾ ਹੈ ਕਿ ਕੋਈ ਗਲਤ ਇਨਫੋਰਮੇਸ਼ਨ ਦੇ ਹੋ ਗਈ ਹੈ ਨਾਲ ਦੀ ਨਾਲ ਉਹਨਾਂ ਨੂੰ ਸਹੀ ਤਰੀਕੇ ਨਾਲ ਤੁਹਾਡੇ ਵੱਲ ਅਪਡੇਟ ਕਰ ਦਿੱਤਾ ਜਾਊਗਾ ਇਸ ਲਈ ਤੁਸੀਂ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਜਿੱਦਾਂ ਹੀ ਨੈਕਸਟ ਵੀਡੀਓ ਆਵੇ ਤਾਂ ਤੁਹਾਨੂੰ ਇਨਫੋਰਮੇਸ਼ਨ ਜੜੀਓ ਪਾਂ ਜਾਵੇ ਇਸ ਤੋਂ ਬਾਅਦ ਤੁਸੀਂ ਦੇਖੋ ਅੱਗੇ ਪੀਡੀਐਫ ਕਿੱਦਾਂ ਬਣਾਣੀ ਹੈ ਹੁਣ ਦੇਖੋ ਬੜੇ ਹੀ ਆਸਾਨ ਤਰੀਕੇ ਦੇ ਨਾਲ ਤੁਹਾਨੂੰ ਪੀਡੀਐਫ ਬਣਾਣੀ ਦੱਸ ਰਹੀਆਂ ਆਪਣੇ ਤੁਸੀਂ ਫੋਨ ਦੇ ਵਿੱਚ ਕੋਈ ਵੀ ਸਕੈਨਰ ਲੋਡ ਕਰ ਲਓ ਬਹੁਤ ਸਾਰੇ ਸਕੈਨਰ ਹੋਰ ਸਾਰੇ ਹੀ ਅੱਛੇ ਆ ਮੇਰੇ ਕੋਲ ਹੈ ਐਡੋਬ ਸਕੈਨਰ ਇਹਦੇ ਵਿੱਚ ਤੁਸੀਂ ਜਿੱਦਾਂ ਇਹਨੂੰ ਓਪਨ ਕਰੋਗੇ ਆਪਣੀ ਸ਼ੀਟ ਦੇ ਉੱਤੇ ਇਹਨੂੰ ਸੈਟਲ ਕਰਕੇ ਆਰ ਇਹ ਆਟੋਮੈਟਿਕਲੀ ਡਾਕੂਮੈਂਟ ਨੂੰ ਐਕਸੈਪਟ ਕਰ ਲੈਂਦਾ ਔਰ ਇਹਨੂੰ ਕੈਪਚਰ ਕਰ ਲੈਂਦਾ ਠੀਕ ਹੈ ਫੋਟੋ ਕਿਚ ਹੋ ਗਈ ਤੇ ਤੁਸੀਂ ਇਹਨੂੰ ਕੰਟੀਨਿਊ ਕਰ ਦੇਣਾ ਥੱਲੇ ਬਟਨ ਆ ਰਿਹਾ ਫਿਰ ਇੱਕ ਸਾਈਡ ਦੀ ਸ਼ੀਟ ਦੀ ਫੋਟੋ ਕਿਚ ਹੋਣ ਤੋਂ ਬਾਅਦ ਤੁਸੀਂ ਦੂਸਰੀ ਸ਼ੀਟ ਦੀ ਫੋਟੋ ਖਿੱਚੂਗੇ ਹੁਣ ਜਿਵੇਂ ਮੈਂ ਦੋ ਪੇਜ ਦਾ ਹੀ ਪੇਪਰ ਕੀਤਾ ਹੈ ਠੀਕ ਹੈ ਤਾਂ ਫਿਰ ਮੈਂ ਦੂਸਰੀ ਸ਼ੀਟ ਦੀ ਵੀ ਤੁਸੀਂ ਪੰਜ ਕੀਤੀਆਂ 10 ਕੀਤੀਆਂ ਜਿੰਨੀਆਂ ਵੀ ਕੀਤੀਆਂ ਉਹਨਾਂ ਸਾਰੀਆਂ ਦੀਆਂ ਫੋਟੋਗ੍ਰਾਫਸ ਕਲਿੱਕ ਕਰ ਲੈਣੀਆਂ ਠੀਕ ਹੈ ਇਹ ਦੂਸਰੀ ਸ਼ੀਟ ਦੀ ਫੋਟੋ ਖਿੱਚ ਹੋ ਗਈ ਔਰ ਉਸ ਤੋਂ ਬਾਅਦ ਕੀ ਕਰਨਾ ਹੈ ਕੰਟੀਨਿਊ ਕਰ ਦੇਣਾ ਫਿਰ نیچے ਇੱਕ ਫੋਲਡਰ ਜਾਂ ਬਣ ਜਾਏਗਾ ਉਹਦੇ ਉੱਤੇ ਕਲਿੱਕ ਕਰਨਾ ਜਿੱਥੇ ਤੁਹਾਡੀਆਂ ਟੋਟਲ ਸ਼ੀਟਸ ਸ਼ੋ ਹੋ ਰਹੀਆਂ ਇਸ ਤਰੀਕੇ ਨਾਲ ਤੁਹਾਡੀਆਂ ਸ਼ੀਟਸ ਸ਼ੋ ਹੋਣਗੀਆਂ ਤੁਸੀਂ ਅੱਗੇ ਪਿੱਛੇ ਕਰਕੇ ਦੇਖੋ ਜੇ ਕਿਸੇ ਸ਼ੀਟ 'ਚ ਪ੍ਰੋਬਲਮ ਹੈ ਤੇ ਤੁਸੀਂ ਉਹ ਥੱਲੇ کافی سارے ਟੈਗਸ ਜਿਹੜੇ ਆ ਰਹੇ ਉਹ ਤੇ ਦੇਖ ਸਕਦੇ ਆ ਐਡ ਪੇਜ ਦਾ ਮਤਲਬ ਹੈ ਉਥੋਂ ਦੀ ਤੁਸੀਂ ਫੋਟੋ ਖਿੱਚ ਸਕਦੇ ਆ ਜੇ ਐਡ ਪੇਜ ਤੇ ਜਾਂਦੇ ਆ ਜਾਂ ਸਿਲੇਕਟਿਵ ਸਿਲੈਕਟ ਫਰੋਮ ਫੋਟੋਸ ਪਹਿਲਾਂ ਕੋਈ ਖਿੱਚੀ ਪਈ ਹੈ ਕ੍ਰੋਪ ਕਰਨਾ ਚਾਹੁੰਦੇ ਆ ਤਾਂ ਤੁਸੀਂ ਇਹਨਾਂ ਦੀਆਂ ਸੈਟਿੰਗਸ ਦੁਬਾਰਾ ਚੇਂਜ ਕਰ ਸਕਦੇ ਆ ਕਿ ਨਹੀਂ ਇਧਰੋਂ ਸੈੱਟ ਕਰਨਾ ਸੀ ਇਧਰੋਂ ਕਰਨਾ ਸੀਗਾ ਠੀਕ ਹੈ ਉਸ ਤੋਂ ਬਾਅਦ ਜੇ ਤੁਸੀਂ ਰੋਟੇਟ ਕਰਨਾ ਚਾਹੁੰਦੇ ਆ ਤੇ ਇਦਾਂ ਚੇਂजेस ਕਰ ਸਕਦੇ ਆ ਠੀਕ ਹੈ ਕਲਰ ਜਿਹੜਾ ਹੈ ਇੱਥੋਂ ਦੇਖ ਸਕਦੇ ਆ ਤੁਸੀਂ origignal ਕਲਰ ਲੈਣਾ ਤੇ origignal ਦੇ ਉੱਤੇ ਕਲਿੱਕ ਕਰ ਦੇਣਾ ਹੈ ਮੈਂ origignal color ਲੈ ਲਿਆ ਇਹਦਾ ਠੀਕ ਹੈ ਉਸ ਤੋਂ ਬਾਅਦ ਥੋੜਾ ਟਾਈਮ ਲੱਗਦਾ ਹੈ ਕਿਉਂਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੈੱਟ ਤੇ چلਦੀਆਂ ਤੇ ਇਸ ਤੋਂ ਬਾਅਦ ਤੁਸੀਂ ਅ ਬਾਕੀ ਸਾਰੀਆਂ ਚੀਜ਼ਾਂ ਦੇ ਉੱਤੇ ਕਲਿੱਕ ਕਰਕੇ ਸੇਵ ਪੀਡੀਐਫ ਕਰ ਦੇਣਾ ਜੇ ਤੁਹਾਨੂੰ ਲੱਗਦਾ ਕਿ ਤੁਹਾਡੀ ਸ਼ੀਟ ਜਿਹੜੀ ਹੈ ਪ੍ਰੋਪਰ ਕਲਿੱਕ ਹੋ ਗਈ ਹੈ ਠੀਕ ਹੈ ਇਹਦੇ ਚ ਇੱਕ ਹੋਰ ਚੀਜ਼ ਹੈ ਤੁਸੀਂ ਰੀਆਰਡਰ ਵੀ ਕਰ ਸਕਦੇ ਹੋ ਥੱਲੇ ਲਿਖਿਆ ਰੀਆਰਡਰ ਜਿੰਨੀਆਂ ਸ਼ੀਟ ਤੁਸੀਂ ਕਲਿੱਕ ਕੀਤੀਆਂ ਜੇ ਤੁਹਾਨੂੰ ਲੱਗਦਾ ਅੱਗੇ ਪਿੱਛੇ ਕਰਨੀਆਂ ਤੁਸੀਂ ਸਿਲੈਕਟ ਕਰੋ ਔਰ ਉਹਨੂੰ ਮੂਵ ਕਰ ਸਕਦੇ ਆਂ ਰੀਆਰਡਰ ਕਰਕੇ ਓਕੇ ਕਰਕੇ ਸੇਵ ਪੀਡੀਐਫ ਕਰ ਦੋ ਪੀਡੀਐਫ ਤੁਹਾਡੀ ਸੇਵ ਹੋ ਜਾਂਦੀ ਹੈ ਜਿੰਨੇ ਪੇजेस ਦੀ ਬਣਾਈ ਹੈ ਇੰਪੋਰਟੈਂਟ ਚੀਜ਼ ਕੀ ਹੈ ਤੁਸੀਂ ਇੱਥੇ ਸ਼ੇਅਰ ਬਟਨ ਤੇ ਜਾਣਾ ਉੱਪਰ ਜਿੱਥੇ ਪੀਡੀਐਫ ਪਈ ਹੈ ਤੁਹਾਡੀ ਸ਼ੇਅਰ ਇਹ ਲਿੰਕ ਨਹੀਂ ਕਰਨਾ ਸ਼ੇਅਰ ਇਹ ਕਾਪੀ ਕਰਨਾ ਹੈ ਜਦੋਂ ਤੁਸੀਂ ਸ਼ੇਅਰ ਇਹ ਕਾਪੀ ਕਰੋਗੇ ਆਟੋਮੈਟਿਕਲੀ ਤੁਹਾਡੇ ਕੋਲ ਕਾਫੀ ਸਾਰੇ ਆਈਕਨਸ ਆ ਜਾਣਗੇ ਉੱਥੇ ਤੁਸੀਂ ਜੀਮੇਲ ਤੇ ਜਾਣਾ ਕਿਉਂਕਿ ਹਰੇਕ ਐਂਡਰੋਇਡ ਫੋਨ ਜੀਮੇਲ ਦੇ ਨਾਲ ਓਪਨ ਹੋ ਜਾਂਦਾ ਸੋ ਜੀਮੇਲ ਚ ਆਟੋਮੈਟਿਕਲੀ ਤੁਹਾਡੀ ਮੇਲ ਭਰੀ ਹੋਈ ਹੈ ਜੀਮੇਲ ਤੇ ਜਾਣਾ ਫ੍ਰòm ਜਿੱਥੇ ਲਿਖਿਆ ਉੱਥੇ ਤੁਹਾਡਾ ਆਪਣਾ ਐਡਰੈਸ ਆ ਜਾਣਾ ਹੈ ਟੂ ਦੇ ਵਿੱਚ ਜਿਹੜਾ ਤੁਹਾਨੂੰ ਹੁਣ ਈਮੇਲ ਆਈਡੀ ਦਿੱਤਾ ਜਾਊਗਾ ਉਹ ਤੁਸੀਂ ਭਰ ਦੇਣਾ ਠੀਕ ਹੈ ਜਿਹੜਾ ਵੀ ਤੁਹਾਨੂੰ ਈਮੇਲ ਆਈਡੀ ਤੁਹਾਡੇ ਐਡਮਿਟ ਕਾਰਡ ਤੇ ਹੋਊਗਾ ਜਾਂ ਕਾਲਜ ਵਾਲੇ ਦੇਣਗੇ ਉਹ ਤੁਸੀਂ ਇੱਥੇ ਭਰ ਦੇਣਾ ਟੂ ਚ ਇਹ ਸਬਜੈਕਟ ਵਾਲੀ ਜਗ੍ਹਾ ਤੇ ਤੁਸੀਂ ਆਪਣਾ ਨਾਮ ਰੋਲ ਨੰਬਰ ਜ਼ਰੂਰ ਲਿਖੋ ਤਾਂ ਕਿ ਮੇਲ ਸਹੀ ਤਰੀਕੇ ਨਾਲ ਪਹੁੰਚ ਸਕੇ ਔਰ ਆਪਣਾ ਸਬਜੈਕਟ ਵੀ ਲਿਖ ਦਿਓ ਉਸ ਜਗ੍ਹਾ ਤੇ ਉਸ ਤੋਂ ਬਾਅਦ ਜਿੱਥੇ ਕੰਪੋਜ਼ ਮੇਲ ਲਿਖਿਆ ਉੱਥੇ ਤੁਹਾਡੀ ਪੀਡੀਐਫ ਜਿਹੜੀ ਆ ਸਕੈਨ 19 ਸਪਟੰਬਰ 2000 ਇੱਥੇ ਪਈ ਹੈ ਤੁਸੀਂ ਇਹ ਇਸ ਸਕੈਨ ਦਾ ਨਾਮ ਐਡੋਬ ਸਕੈਨਰ ਦੇ ਵਿੱਚ ਚੇਂਜ ਵੀ ਕਰ ਸਕਦੇ ਆ ਠੀਕ ਹੈ ਔਰ ਉਸ ਤੋਂ ਬਾਅਦ ਤੁਸੀਂ ਆਹ ਪ੍ਰੈਸ ਬਟਨ ਕਰਨਾ ਹੈ ਐਰੋ ਵਾਲਾ ਔਰ ਤੁਹਾਡੀ ਪੀਡੀਐਫ ਜਿਹੜੀ ਆ ਉਹ ਸੈਂਡ ਹੋ ਜਾਣੀ ਹੈ ਜੇ ਤੁਸੀਂ ਨੇਮ ਚੇਂਜ ਕਰਨਾ ਹੈ ਮੋਰਚ ਜਾਓ ਔਰ ਇੱਥੇ ਰੀਨੇਮ ਹੈਗਾ ਤੁਸੀਂ ਆਪਣੀ ਪੀਡੀਐਫ ਦਾ ਨਾਮ ਵੀ ਚੇਂਜ ਕਰ ਸਕਦੇ ਹੋ ਤੁਸੀਂ ਜਿਹੜਾ ਨਾਮ ਰੱਖਣਾ ਹੈ ਉਹਦਾ ਨਾਮ ਰੱਖ ਸਕਦੇ ਆ ਜਿਵੇਂ ਆਪਣੇ ਐਗਜ਼ਾਮ ਦਾ ਕੋਡ ਲਿਖ ਸਕਦੇ ਆ ਐਗਜ਼ਾਮ ਕੋਡ ਠੀਕ ਹੈ اور ਆਪਣਾ ਨਾਮ اور ਆਪਣਾ ਸਬਜੈਕਟ एवरीथिंग ਇੱਥੇ ਮੈਂਸ਼ਨ ਕਰਕੇ ਓਕੇ ਕਰਕੇ ਤੁਸੀਂ ਆਪਣੀ ਪੀਡੀਐਫ ਨੂੰ ਵੀ ਸ਼ੇਅਰ ਕਰ ਸਕਦੇ ਆ ਦੋ ਤਰੀਕਿਆਂ ਦੇ ਨਾਲ ਸੋ ਇਹ ਵੈਰੀ ਈਜ਼ੀ ਹੈ ਪੀਡੀਐਫ ਨੂੰ ਬਣਾਉਣਾ ਤੇ ਈਮੇਲ ਕਰਨਾ ਇਹਦੇ ਵਿੱਚ ਕੁਝ ਵੀ ਮੁਸ਼ਕਿਲ ਨਹੀਂ ਹੈ ਬੜੀ ਆਸਾਨੀ ਨਾਲ ਪੀਡੀਐਫ ਬਣਾਓ ਔਰ ਈਮੇਲ ਕਰ ਦਿਓ ਔਰ ਪਾਕਿਸਤਾਨੀ ਇਨਸਟਰਕਸ਼ਨਸ ਦਾ ਧਿਆਨ ਰੱਖੋ ਪਰ ਜੇ ਕੁਝ ਚੇਂजेस ਹੁੰਦੀਆਂ ਹਨ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਔਰ ਹਾਂ 50% ਵਾਲਾ ਕੁਐਸਚਨ ਜੇ ਤੁਹਾਨੂੰ ਡਾਊਟਫੁਲ ਲੱਗਦਾ ਹੈ ਤੇ ਤੁਸੀਂ ਉਹਨੂੰ ਦੁਬਾਰਾ ਇੱਕ ਵਾਰ ਸੁਨੋ ਦੋ ਵਾਰ ਸੁਨੋ ਤਾਂ ਤੁਹਾਨੂੰ ਕਲੀਅਰ ਹੋ ਜਾਏਗਾ ਔਰ ਜੇ ਦੇ ਵਿੱਚ ਕੁਝ ਚੇਂजेस ਹੋਣਗੇ ਤੁਹਾਨੂੰ ਜਲਦੀ ਇਨਫੋਰਮ ਕਰ ਦਿੱਤਾ ਜਾਊਗਾ ਥੈਂਕ ਯੂ